ਨੇੜਲੇ ਪਿੰਡ ਬਲਾੜਾ ਵਿਖੇ ਟੋਭੇ ਦੇ ਵਿਚ ਡਿੱਗ ਕੇ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ। ਮ੍ਰਿਤਕ ਦੇ ਪਿਤਾ ਹਾਕਮ ਸਿੰਘ ਅਤੇ ਮਾਮਾ ਮਲਕੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੰਦੀਪ ਸਿੰਘ ਬੰਟੀ ਜੋ ਕਿ 25 ਸਾਲ ਦਾ ਸੀ, ਪਿੰਡ ਭੋਰੇਪੁਰ ਮੋਟਰਸਾਈਕਲ ਦੀ ਰਿਪੇਅਰ ਦੀ ਦੁਕਾਨ ਨੂੰ ਬੰਦ ਕਰਕੇ 7 ਵਜੇ ਆਪਣੇ ਪਿੰਡ ਨੂੰ ਵਾਪਸ ਆ ਰਿਹਾ ਸੀ। ਜਦੋਂ ਉਹ ਪਿੰਡ ਦੇ ਨੇੜੇ ਟੋਭੇ ਦੇ ਨੇੜੇ ਪਹੁੰਚਿਆ ਤਾਂ ਅਚਾਨਕ ਕਿਸੇ ਵਾਹਨ ਦੀ ਲਾਈਟ ਪੈਣ ਦੇ ਨਾਲ ਉਹ ਟੋਭੇ ਦੇ ਵਿੱਚ ਡਿੱਗ ਗਿਆ, ਜਿਸ ਦੀ ਪਿੰਡ ਵਾਸੀਆਂ ਦੀ ਮਦਦ ਦੇ ਨਾਲ ਟੋਭਾ ਖਾਲੀ ਕਰਕੇ ਉਸ ਨੂੰ ਬਾਹਰ ਕੱਢਿਆ ਗਿਆ ਅਤੇ ਇਲਾਜ ਦੇ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਸੰਦੀਪ ਸਿੰਘ ਬੰਟੀ ਨੂੰ ਮ੍ਰਿਤਕ ਐਲਾਨ ਦਿੱਤਾ। ਉਹਨਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਇਸ ਨੌਜਵਾਨ ਨੇ ਦੁਕਾਨ ਖੋਲ੍ਹੀ ਸੀ ਅਤੇ ਮਾਰਚ ਮਹੀਨੇ ਦੇ ਵਿੱਚ ਉਸਦਾ ਵਿਆਹ ਵੀ ਹੋਣਾ ਸੀ। ਉਹਨਾਂ ਦੱਸਿਆ ਕਿ ਪਹਿਲਾਂ ਵੀ ਇੱਕ ਮੋਟਰਸਾਈਕਲ ਚਾਲਕ ਆਪਣੀ ਪਤਨੀ ਸਮੇਤ ਇਸ ਟੋਭੇ ਦੇ ਵਿੱਚ ਡਿੱਗ ਚੁੱਕਿਆ, ਜਿਸ ਨੂੰ ਪਿੰਡ ਵਾਸੀਆਂ ਦੀ ਮਦਦ ਦੇ ਨਾਲ ਬਾਹਰ ਕੱਢਿਆ ਗਿਆ ਸੀ। ਉਹਨਾਂ ਪ੍ਰਸ਼ਾਸਨ ਅਤੇ ਪੰਚਾਇਤ ਤੋਂ ਟੋਭਾ ਸੜਕ ਦੇ ਬਰਾਬਰ ਹੋਣ ਦੇ ਕਾਰਨ ਸੜਕ ਵਾਲੀ ਸਾਈਡ ਕੰਧ ਕਰਨ ਦੀ ਮੰਗ ਕੀਤੀ ਹੈ। ਬੰਦਾ ਵਿੱਚ ਗਿਰਿਆ ਤੇ ਅਸੀਂ ਜਾ ਕੇ ਕੱਢਿਆ ਕੇ ਮੈਂ ਸਹਿਣ ਸੀ ਮੇਰਾ ਭਣੋਈਆ ਸੀ ਕੱਢ ਕੇ ਕਿੱਥੇ ਲੈ ਕੇ ਫਤਿਹਗੜ੍ਹ ਸਾਹਿਬ ਜਿਸ ਟਾਈਮ ਹਸਪਤਾਲ ਆਈ ਫਿਰ ਉੱਥੇ ਰਸਤੇ 'ਚ ਮੌਤ ਹੋ ਗਈ ਜਾਂ ਉੱਥੋਂ ਡਾਕਟਰ ਮਿੱਟ ਕਰਾਰ ਦੇ ਤੇ ਜੀ। ਕੀ ਨਾਮ ਹੈ ਜੀ ਬੇਟੇ ਦਾ? ਬੇਟੇ ਨਾਮ ਜੀ ਸੰਦੀਪ ਸਿੰਘ। ਕਿੰਨੇ ਸਾਲ ਦਾ ਸੀ? 27 ਸਾਲ ਦੀ ਉਮਰ ਸੀ। ਤੇ ਉਹਦੀ ਵਿਆਹ ਵਗੈਰਾ ਵੀ ਰੱਖਿਆ ਹੋਇਆ ਸੀ ਕੁਛ? ਨਹੀਂ, ਦੇਖੋ ਜੀ ਦਿਨ ਰੱਖੇ ਵੀ ਸੀ ਉਹ ਆਪਣੇ ਮਾਰਚ 'ਚ ਜੀ। ਮਾਰਚ 'ਚ ਵਿਆਹ ਰੱਖਿਆ? ਹਾਂਜੀ ਹਾਂਜੀ ਬਿਲਕੁਲ। ਕੀ ਮੰਗ ਕਰਦੇ? ਪਹਿਲਾਂ ਵੀ ਕਿਤੇ ਹਾਦਸੇ ਵਾਪਰੇ ਨੇ, ਕਹਿੰਦੇ ਪਹਿਲਾਂ ਵੀ ਟੋਭੇ 'ਚ ਗਿਰੇ? ਪਹਿਲਾਂ ਕਹਿੰਦੇ ਆ ਤੇ ਬਸ ਤਾਂ ਆਪਣੇ ਨੇ ਕਹਾਂ ਜੋ ਸਾਡਾ ਆਪਣਾ ਗਿਰਿਆ ਉਹਦੇ ਬਾਰੇ ਕਹਾਂਗੇ। ਪਤਾ ਨਹੀਂ ਕੀ ਮੰਗ ਕਰਦੇ ਹੋ ਪੰਜਾਬ? ਬਸ ਤਾਂ ਕਹਾਂਗੇ ਇਹਦੀ ਚਾਰਦਵਾਰੀ ਹੋਣੀ ਚਾਹੀਦੀ ਜੀ। ਕੱਲ੍ਹ ਕੋਈ ਹੋਰ ਹਾਦਸਾ ਨਾ ਵਾਪਰੇ, ਜੋ ਸਾਡਾ ਤਾਂ ਜਾਣਾ ਤਾਂ ਚਲਿਆ ਗਿਆ ਜੀ। ਅਸੀਂ ਕਹਿੰਦੇ ਇਹਦੀ ਚਾਰਦਵਾਰੀ ਹੋਵੇ ਅਤੇ ਮਤਲਬ ਅੱਗੇ ਨੂੰ ਇਹ ਹਾਦਸਾ ਨਾ ਵਾਪਰੇ। ਠੀਕ ਹੈ। ਮੇਰਾ ਨਾਮ ਹਾਕਮ ਸਿੰਘ ਹੈ। ਕਿਵੇਂ ਹੋਇਆ ਜੀ? ਕਿੱਥੇ? ਭੈਰੋਂ ਭਰੇ ਪਿੰਡ 'ਚ ਇਹਦੀ ਦੁਕਾਨ ਕਰੀ ਹੋਈ ਸੀ। ਕਾਹਦੀ ਦੁਕਾਨ? ਆਪਣੇ ਮੋਟਰਸਾਈਕਲਾਂ ਦੀ। ਉੱਥੇ ਤਾਂ ਇਹ ਘਰ ਨੂੰ ਵਾਪਸ ਆ ਰਿਹਾ ਸੀ ਸ਼ਾਮ ਟਾਈਮ 7:30 ਪੌਣੇ 8 ਦਾ ਟਾਈਮ ਤਾਂ ਜੀ। ਪੌਣੇ 8 ਵੱਜਣ ਵਾਲੇ ਸੀ, 5-7 ਮਿੰਟ ਰਹਿੰਦੇ ਹੁਣ ਜੀ। ਬੋਲੇ ਤਾਂ ਆਏ ਜੀ ਆਪਣੀ ਸਾਈਡ ਅਤੇ ਦੂਜੀ ਸਾਈਡ ਜਾ ਕੇ ਟੋਭੇ 'ਚ ਗਿਰ ਗਏ ਸਣੇ ਮੋਟਰਸਾਈਕਲ। ਇਕੱਲੇ ਹੀ ਸੀਗਾ ਜੀ ਇਹ ਬਾਈਕ? ਇਕੱਲੇ ਸੀਗੇ। ਕਿਹਨਾਂ ਨੇ ਕੱਢਿਆ ਜੀ ਇਹ? ਪਿੰਡ ਦੇ ਇਕੱਠੇ ਹੋ ਗਏ ਜੀ, ਸਾਰਾ ਪਿੰਡ ਇਕੱਠਾ ਹੋ ਗਿਆ ਜੀ। ਫਿਰ ਉਹਨਾਂ ਨੇ ਆਊਟ ਲਾਊਟ ਪਹਿਲਾਂ ਮੋਟਰਸਾਈਕਲ ਕੱਢਿਆ ਜੀ, ਉਸ ਤੋਂ ਬਾਅਦ ਫਿਰ ਇਹਨੂੰ ਕੱਢਿਆ ਜੀ। ਇਹਦਾ ਵਿਆਹ ਵੀ ਰੱਖਿਆ ਸੀ ਕੋਈ? ਵਿਆਹ ਇਹਦਾ ਮਾਰਚ ਦਾ ਲੈਣਾ ਸੀਗਾ ਜੀ। ਕੀ ਨਾਮ ਸੀ ਇਹਦਾ? ਕਿੰਨੀ ਉਮਰ ਸੀ? ਸੰਦੀਪ ਸਿੰਘ ਜੀ, ਸਨ ਆਫ ਹਾਕਮ ਸਿੰਘ, 25 ਸਾਲ ਉਮਰ ਸੀ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਸ਼ਰਸ਼ਨ ਤੋਂ ਮੰਗ ਇਹ ਕਰਦੇ ਹਾਂ ਜੀ, ਬਸ ਟੋਭੇ ਦੀ ਚਾਰਦਵਾਰੀ ਹੈ ਨਹੀਂ ਨਾ ਜੀ। ਹਾਂ ਜੀ, ਕੀਤੀ ਜਾਵੇ ਅੱਗੇ ਵਾਸਤੇ, ਜਿਹੜਾ ਇਹ ਮਤਲਬ ਹਾਸਿਆਂ ਜਿਹੜੇ ਨਾ ਹੋਣ। ਫਤਿਹਗੜ੍ਹ ਸਾਹਿਬ ਤੋਂ ਸੰਜੇ ਸੈਣੀ ਦੀ ਰਿਪੋਰਟ।